ਬੇਟਾ ਜੀ ਇਹ ਬੱਚਾ ਜਿਹੜਾ ਇਹ ਮੇਰੇ ਕੋਲ ਆਇਆ ਇੱਥੇ, ਠੀਕ ਹੈ ਜੀ। ਇਹ ਬੱਚੇ ਨੇ ਮੈਨੂੰ ਆ ਕੇ ਆਸਫ ਨੇ ਆਖਿਆ ਔਰ ਐਸ ਬੀ ਬੀ ਨੇ ਆਖਿਆ, ਠੀਕ ਹੈ ਜੀ, ਕਿ ਸਾਡੇ ਨਾਲ ਇਹ ਜ਼ਿਆਦੀ ਹੋਈ ਹੈ। ਅਤੇ ਬਾਜੀ ਕਮ ਸੋ ਕਮ ਸਾਲ ਹੀ ਹੋ ਗਿਆ ਮੈਨੂੰ ਜ਼ਲੀਲ ਹੁੰਦਿਆਂ, ਠੀਕ ਹੈ। ਮੈਂ ਕਿਹਾ ਬੇਟਾ ਕੀ ਵਜ੍ਹਾ, ਸਾਰੀ ਗੱਲ ਸੁਣਾ। ਇਹਨਾਂ ਮੈਨੂੰ ਗੱਲ ਸੁਣਾਈ ਹੈ ਸਾਹਿਬ ਜੀ, ਮੈਂ ਇਹਨਾਂ ਦੀ ਗੱਲ 'ਤੇ ਮੇਰਾ ਮਤਲਬ ਫੈਲੋ ਨਹੀਂ ਕੀਤਾ। ਮੈਂ ਕਿਹਾ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੀ ਪੰਚਾਇਤ ਬੈਠੀ ਹੈ ਕਿਹੜੇ ਡੇਰੇ 'ਤੇ ਬੈਠੀ ਔਰ ਕਿਹੜੇ ਕਿਹੜੇ ਬੰਦੇ ਬੈਠੇ, ਤਾਂ ਕਿ ਗੱਲ ਦੀ ਤਸਦੀਕ ਹੋ ਸਕੇ। ਤਸਦੀਕ ਹੋ ਸਕੇ, ਯਾਨੀ ਕਿ ਇਹ ਮੇਰਾ ਮਤਲਬ ਐਵੇਂ ਤਾਂ ਨਹੀਂ ਫਰਲੂ ਗੱਲ ਕਰਦੇ ਪਏ, ਠੀਕ ਹੈ ਜੀ। ਮੈਂ ਇਸ ਗੱਲ ਦੀ ਤਸਦੀਕ ਕੀਤੀ ਹੈ ਜਾ ਕੇ ਬੇਗਮ ਕੋਟ ਡੇਰੇ ਦੇ ਵਿੱਚ ਜਿੱਥੇ ਪੰਚਾਇਤ ਹੋਈ, ਉਸ ਬੰਦੇ ਦਾ ਨਾਂ ਕੀ ਹੈ ਬੀਬੀ ਰਾਈ ਦਾ, ਉਸ ਰਾਈ ਦਾ ਨਾਂ ਕੀ ਜਿਹਦੇ ਡੇਰੇ 'ਤੇ ਪੰਚਾਇਤ ਹੋਈ, ਮੁਹੰਮਦ ਅਲੀ ਸਿਆਲ, ਉਹਨਾਂ ਦੇ ਡੇਰੇ 'ਤੇ ਜਨਾਬ ਹੋਈ। ਉਸ ਰਾਈ ਦੇ ਡੇਰੇ 'ਤੇ ਮੈਂ ਜਿਸ ਵਕਤ ਜਾ ਕੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਭਾਅ ਜੀ ਤੁਹਾਡਾ ਨਾਮ ਕੀ, ਉਹਨਾਂ ਆਪਣਾ ਨਾਮ ਦੱਸਿਆ। ਮੈਂ ਕਿਹਾ ਐਡੀ ਐਡੀ ਦਾੜੀ ਉਸ ਬੰਦੇ ਰੱਖੀ, ਹੁਣ ਵੀ ਉਹ ਹੁਣ ਨੂੰ ਤਿਆਰ ਹੈ ਜਿੱਥੇ ਤੁਸੀਂ ਬੁਲਾਓ। ਮੈਂ ਕਿਹਾ ਭਾਅ ਜੀ ਤੁਸੀਂ ਇਹ ਦੱਸੋ ਕਿ ਇਹ ਜਿਹੜੀ ਪਾਰਟੀ ਆਸਫ ਜਾਂ ਬੀਬੀ ਸ਼ਹਿਦਾ, ਕਿਆ ਇਹ ਬੀਬੀ ਜਾਣ ਕੇ ਕਰਦੀ ਹੈ ਕਿ ਮੇਰੇ ਕੋਲ 5 ਲੱਖ ਰੁਪਈਆ ਪਟੋਰ ਕੇ ਲੈ ਗਈ ਹੈ, ਮੈਂ ਤੁਹਾਡਾ ਮੁੰਡਾ ਬਾਹਰ ਖੜਾਂਗੀ, ਜਾਂ ਕਿ ਮੇਰਾ ਮਤਲਬ ਇਹ ਜਿਹੜਾ ਮੁੰਡਾ ਆਸਫ ਇਹ ਝੂਠ ਮਾਰਦਾ। ਉਹਨੇ ਆਖਿਆ ਨਹੀਂ ਬੀਬੀ ਵਾਕਈ ਗੱਲ ਸਹੀ ਹੈ, ਬੜੀ ਜ਼ਿਆਦੀ ਹੈ। ਮੈਂ ਕਿਹਾ ਕਿਆ ਤੁਸੀਂ ਤਾਮਨ ਕਰ ਸਕਦੇ ਹੋ? ਉਹਨਾਂ ਆਖਿਆ ਜੀ ਹਾਂ ਅਸੀਂ ਕਰਾਂਗੇ, ਜਿੱਥੇ ਬੁਲਾਓ ਮੈਂ ਇਨਸ਼ਾਅੱਲਾ ਤਾਲਾ ਗਵਾਵਾਂ, ਮੈਂ ਆਵਾਂਗਾ ਔਰ ਮੈਂ ਗਵਾਹੀ ਦਿਆਂਗਾ। ਸਾਡੇ ਸਾਰੇ ਮਹੱਲੇ ਨੇ ਮੇਰਾ ਮਤਲਬ ਪੰਚਾਇਤ ਦਾ ਫੈਸਲਾ ਜਨਾਬੇ ਵਾਲਾ ਚੈੱਕ ਜਿਹੜੇ ਤੁਹਾਨੂੰ ਵਿਖਾਏ ਨੇ ਉਹ ਜਨਾਬ ਚੈੱਕ ਉਹਨਾਂ ਦੇ ਰੂਬਰੂ ਹੋਏ ਨੇ। ਉਸ ਪੰਚਾਇਤ ਦੇ ਰੂਬਰੂ ਹੋਏ ਨੇ ਚੈੱਕ, ਉਸ ਡੇਰੇ ਤੇ ਹੋਏ ਨੇ ਇਹ ਜਿਹੜੀ ਬੀਬੀ ਮੁਰਜ਼ਮਾ ਹੈ ਇਹਨਾਂ ਦੀ। ਵੈਸੇ ਇਹ ਵੇਖੇ ਜਿੰਨੀ ਕੁ ਜ਼ਿਆਦੀ ਇਸ ਬੱਚੇ ਨਾਲ ਹੋਈ ਹੈ, ਜਿੰਨੀ ਕੁ ਇਸ ਬੀਬੀ ਨਾਲ ਜ਼ਿਆਦੀ ਹੋਈ ਹੈ, ਇਹ ਐਸੀਆਂ ਪਾਰਟੀਆਂ ਜਿਹੜੀਆਂ ਨੇ, ਇਹ ਸਾਡੇ ਮੇਰਾ ਅੰਦਰ ਚੀਫ ਜਸਟਿਸ ਜਿਹੜੇ ਨੇ ਸੁਪਰੀਮ ਕੋਰਟ ਦੇ, ਇਹਨਾਂ ਦੇ ਅੱਗੇ ਗੁਜ਼ਾਰਿਸ਼ ਹੈ ਕਿ ਇਹ ਗੰਦੇ ਜਿਹੜੇ ਮੁਰਗੇ ਨੇ ਜਾਂ ਮੁਰਗੀਆਂ ਨੇ ਇਹਨਾਂ ਨੂੰ ਫੌਰਨ ਗ੍ਰਿਫਤਾਰ ਕਰਨ। ਬੀਬੀ ਜਦੋਂ ਥਾਣੇ ਗਈਆਂ ਨੇ, ਜੀ ਜੀ, ਉਦੋਂ ਤੁਸੀਂ ਵੀ ਗਏ ਹੋ ਥਾਣੇ? ਐਸਐਚਓ ਨੇ ਕੀ ਜ਼ੁਬਾਨ ਇਸਤੇਮਾਲ ਕੀਤੀ, ਕੀ ਨਾਮ ਸੀ ਐਸਐਚਓ ਦਾ? ਐਸਐਚਓ ਦਾ ਕੀ ਨਾਮ? ਗੁਲਾਮ ਫਰੀਦ ਸਾਹਿਬ ਆਏ ਨੇ, ਉਹਨਾਂ ਦੇ ਨਾਲ ਅੱਗੇ ਬੜੀ ਤਮੀਜ਼ ਨਾਲ ਗੱਲ ਕੀਤੀ ਹੈ। ਯਾਦ ਨਾ ਥਾਣਾ ਜੀ ਫੈਕਟਰੀ ਏਰੀਆ। ਸਲਾਮ ਅਲੈਕਮ ਸਾਹਿਬ ਜੀ। ਵਾਲੇਕਮ ਸਲਾਮ ਸਾਹਿਬ ਜੀ। ਮੈਂ ਮੇਰਾ ਮਤਲਬ ਆਪਣਾ ਤਾਰਫ ਕਰਾਇਆ ਔਰ ਇਹਨਾਂ ਦਾ ਤਾਰਫ ਕਰਾਇਆ ਅਤੇ ਉਹਨਾਂ ਜਨਾਬੇ ਵਾਲਾ ਬੜੇ ਆਰਾਮ ਨਾਲ ਮੇਰਾ ਮਤਲਬ ਆਂਦਿਆਂ ਵਜਾਉਂਦਿਆਂ ਇਹ ਜਿਹੜਾ ਆਪਣੇ ਅੱਗੇ ਸ਼ੀਸ਼ਾ ਪਿਆ ਉਹਦੇ ਉੱਤੇ ਸੌਣ ਜਾਂਦੇ ਹੱਥ ਨਾਲ। ਉਹਨਾਂ ਆਖਿਆ ਜੀ ਬੀਬੀ ਮੈਂ ਕੀ ਕਰਾਂ? ਅੱਛਾ ਦੱਸੋ ਤੁਸੀਂ ਆਇਓ ਨਾਲ, ਤੁਸੀਂ ਇਹ ਦੱਸੋ ਮੈਂ ਬੀਬੀ ਕੀ ਕਰਾਂ? ਸਾਹਿਬ ਜੀ ਵੇਖੋ ਤੁਸੀਂ ਇੱਕ ਸਰਬਰਾਹ ਇਲਾਕੇ ਦੇ 4 ਦਫਾ ਬੱਚੇ ਨੂੰ ਪਸਤੌਲ ਲੈ ਕੇ ਬੰਦੇ ਪੈ ਗਏ ਨੇ। ਜੇ ਇਸ ਬੱਚੇ ਨਾਲ ਵਾਧਾ ਘਾਟਾ ਹੋ ਗਿਆ ਤੇ ਦੱਸੋ ਮੇਰਾ ਮਤਲਬ ਕੀ ਬਣੇਗਾ? ਮਗਰੋਂ ਲੋਕ ਆਉਂਦੇ ਨੇ ਜੀ ਅੱਲਾਹ ਦਾ ਹੁਕਮ ਹੀ ਇਸ ਤਰ੍ਹਾਂ ਸੀ। ਤੇ ਸਾਹਿਬ ਜੀ ਵੇਖੋ ਨਾ ਤੁਸੀਂ ਇੱਕ ਇਲਾਕੇ ਦੇ ਸਰਬਰਾਹ ਹੋ, ਤੁਸੀਂ ਜਵਾਬ ਮੇਰਾ ਮਤਲਬ ਇਸ ਗੱਲ ਦਾ ਦੇਣਾ ਹੈ ਕਿਉਂਕਿ ਤੁਹਾਡੀ ਜ਼ਿੰਮੇਵਾਰੀ ਹੈ, ਠੀਕ ਹੈ, ਇਹ ਕੰਟਰੋਲ ਹੈ ਤੁਹਾਡੇ ਅਖਤਿਆਰ ਇਹ 'ਚ ਤੇ ਤੁਹਾਡੀ ਮਿਹਰਬਾਨੀ ਇਹ ਤੇ ਕਾਰਵਾਈ ਕਰਕੇ ਬੀਬੀ ਨੂੰ ਤੁਸੀਂ ਗ੍ਰਿਫਤਾਰ ਕਰੋ ਇਸ ਪਾਰਟੀ ਨੂੰ। ਇਹ ਜਿਹੜੀ ਪਾਰਟੀ ਮੇਰਾ ਮਤਲਬ ਮੁਸਲਮ ਪਾਰਟੀ ਗੈਂਗ ਹੈ, ਇਹ ਕਬਜ਼ਾ ਗਰੁੱਪ ਪਾਰਟੀ ਹੈ, ਇਹ ਪਾਰਟੀ ਮੇਰਾ ਮਤਲਬ ਪੈਸੇ ਬਾਹਰ ਦਾ ਕਰਕੇ ਫਰਾਡ ਕਰਕੇ ਲੋਕਾਂ ਨੂੰ ਟੋਰਦੇ ਨੇ, ਜਾਂ ਬੱਚੀਆਂ ਨੇ, ਅਸੀਂ ਧੀਆਂ ਵਾਲੇ ਹਾਂ ਤੋਬਾ ਤੋਂ ਬਸ ਸਫਾਰ ਕਰਨੇ, ਅਸੀਂ ਧੀਆਂ ਵਾਲੇ ਹਾਂ, ਅਸੀਂ ਨਹੀਂ ਆਉਂਦੇ ਮੇਰਾ ਮਤਲਬ ਬੱਚੀਆਂ ਐਸੀਆਂ ਨੇ, ਅਸੀਂ ਨਹੀਂ ਤੋਬਾ ਸਫਾਰ ਕਰਨੇ। ਮਜਬੂਰ ਨੇ ਵਾਲਦੈਨ ਦੀ ਉਹ ਮਜਬੂਰ ਨੇ ਵਾਲਦੈਨ ਦੀ ਵਜ੍ਹਾ ਤੋਂ ਵਾਲਦੈਨ ਨੇ ਅਸੀਂ ਉਹਨਾਂ ਨੂੰ ਮੇਰਾ ਮਤਲਬ ਪਰਵਰਿਸ਼ ਦਿੱਤੀ ਹੈ, ਅਸੀਂ ਉਹਨਾਂ ਨੂੰ ਮੇਰਾ ਮਤਲਬ ਉਹਨਾਂ ਦੇ ਨਾਲ ਉਹ ਅਗਰ ਉਹ ਬੱਚੀਆਂ ਨਾ ਹੁੰਦੀਆਂ ਤੇ ਇਹ ਬੱਚਾ ਕਾਬੂ ਕਿਵੇਂ ਆਉਂਦਾ? ਬਿਲਕੁਲ ਸਹੀ, ਠੀਕ ਹੈ ਜੀ। ਉਹਨਾਂ ਆਪਣੀ ਬੱਚੀ ਵਹਾਈ, ਯਾਨੀ ਕਿ ਜਿਵੇਂ ਕੈਚ ਚੈੱਕ ਆਪਣਾ ਚੈੱਕ ਜਿਹੜਾ ਕੈਸ਼ ਕਰਾ ਲਿਆ ਚੈੱਕ ਕੇ ਉਹਨਾਂ ਦੇ ਕੋਲ, ਉਹ ਬੱਚਾ ਹੋਰ ਲਾ ਦਿੱਤਾ, ਯਾਨੀ ਕਿ ਮੇਰੀ ਬੱਚੀ ਨਾਲ ਤੂੰ ਨਿਕਾਹ ਕਰ ਔਰ ਮੈਂ ਆਪਣੀ ਬੱਚੀ ਜਿਹੜੀ ਇਹ ਵੀ ਤੇਰੇ ਨਾਲ ਹੀ ਬਾਹਰ ਭੇਜ ਦਿਆਂਗੀ। ਫਿਰ ਅਨਕਰੀਬ ਕੀ ਆਖਿਆ ਕਿ ਹੁਣ ਬੇਟਾ ਇਹਦੇ ਜੋਗਾ ਵੀ ਤੇ ਵੀਜ਼ੇ ਜੋਗਾ ਖਰਚਾ ਦੇਵੇਂਗਾ ਤੇ ਫੇਰ ਹੀ ਮੇਰਾ ਮਤਲਬ ਅਸੀਂ ਤੇਰੇ ਨਾਲ ਬੱਚੀ ਕਰਾਂ, ਠੀਕ ਹੈ ਜੀ। ਫੇਰ ਵੇਖੋ ਯਕ ਤਰਫਾ 5 ਤੋਲੇ ਸੋਨਾ ਪਾਓ, ਇਸ ਬੱਚੇ ਦਾ ਵੀ ਬੇੜਾ ਤਰ ਜਾ। ਇਹਨੇ ਕੀ ਕੀਤਾ? ਪਹਿਲੀ ਬੀਵੀ ਵੀ ਇਹਦੀ ਹੈ, ਇਹਨੇ ਜਨਾਬ ਉਹਦਾ ਦੂਜੀ ਸ਼ਾਦੀ, ਹਾਂਜੀ ਇਹਦੀ ਦੂਜੀ ਸ਼ਾਦੀ, ਉਹਦੇ ਚ ਵੀ ਬੱਚਾ ਕੋਨੀ, ਬੱਚੇ ਵਾਸਤੇ ਅੱਛਾ ਉਹਦੇ ਚ ਬੱਚਾ ਕੋਨੀ, ਤੇ ਇਹਦੇ ਚੋ ਅੱਲਾ ਪਾਕ ਨੇ ਰੰਗ ਲਾਇਆ ਜਾਂ ਇਹਦੇ ਚੋ ਹਿਰਸ ਲੱਗੀ ਤੇ ਉਹ ਨਾ 2 ਦਫਾ ਬੱਚਾ ਜ਼ਾਇਆ ਕਰਾ ਦਿੱਤਾ। ਲਿਹਾਜ਼ਾ ਜਿਹੜੀ ਨਰਸ ਨੇ ਜ਼ਾਇਆ ਕੀਤਾ ਉਹਦੇ ਨਰਸ, ਉਸ ਨਰਸ ਨੇ ਮੰਨਿਆ, ਉਹਨੇ ਆਖਿਆ ਜੀ ਮੈਂ 5,000 ਰੁਪਈਆ ਲਿਆ ਇਹਦੀ ਵਾਲਦਾ ਔਰ ਇਹ ਬੀਬੀ ਇਸ਼ਾਰਾ ਬੀਬੀ ਉਹਦੇ ਕੋਲ ਗਈ ਹੈ ਨਰਸ ਦੇ। ਉਸ ਆਖਿਆ ਬੀਬੀ ਮੈਂ ਨਹੀਂ ਦੱਸਣਾ ਦਵਾਈ ਖੁਦਾ ਦੀ, ਮੈਂ ਕੰਮ ਨਜਾਇਜ਼ ਕੀਤਾ, ਮੈਂ ਮਰਨਾ, ਮੈਂ ਨਹੀਂ ਦੱਸਣਾ। ਇਹਨਾਂ ਆਖਿਆ ਤੇਰਾ ਸਾਡਾ ਕਰਾਉਣ ਦਾ ਮਨ ਸੀ ਤੇਰੇ ਤੇ, ਕੋਈ ਕਾਰਵਾਈ ਨਹੀਂ ਕਰਦੇ। ਉਹਨੇ ਆਖਿਆ ਮੈਂ 5 ਲੱਖ ਰੁਪਈਆ ਲਿਆ, 5,000 ਰੁਪਈਆ ਮੈਂ ਲਿਆ ਤੇ ਇਹ ਕੰਮ ਪਹਿਲਾਂ ਹੀ ਚਾਲੂ ਸੀ, ਉਹ ਘਰੋਂ ਹੀ ਚਾਲੂ ਕਰਕੇ ਆਈਆਂ ਸਨ।
ਤੇ ਯਾਨੀ ਕਿ ਮੈਂ ਸਫਾਈ ਕਰ ਦਿੱਤੀ। आपका मोबाइल कहाँ पे जहाँ पे उसने रिप्लाई वगैरह किए थे? जी सर मेरे पास है। तो उसमें उसने धमकियां दी है मारने की? जी सर वादे दिए हैं। मैंने निकाल के दिखाएं जरा। मैंने उनको बोला सर अगर आपने मेरे साथ बैठ के बात नहीं की या मेरा माल मसूख जो भी है वापस नहीं किया हाँ। तो मैं आपका ये सब कुछ मीडिया पे दूंगा। अच्छा उन्होंने कहा जिस दिन आप ये काम करेंगे उसी दिन आपको गायब करा लेंगे। यानी मीडिया पे आप गए? हाँ जी सर। तो आपको गायब करवा लेंगे? जी सर। ये धमकी वो दे रहा है? तो जो भाई के ताल्लुकात अच्छे थे आपके भाई के? सर पहले भाई से भी सर 1 लाख रुपया लिया था इन्होंने। वो थोड़े थोड़े करके इन्होंने वापस दे दिए सर। अच्छा फिर? वो सर वापस दे दिए फिर इन लोगों ने मुझे फंसाया अपनी जाल में। अच्छा फंसाने के बाद मेरे साथ सर अब ये कर रहे हैं मुसलसल धमकी दे रहे हैं। तो कभी मैसेज का रिप्लाई आ जाता कभी नहीं आता? कभी नहीं आता सर। पांच नंबर है पांचों बंद है? पांचों बंद है। एक नंबर ऑन ऑफ होता रहता है मुसलसल। हाँ जिस पे आपका रब्ता होता है? जिस पे मेरा। किस टाइम ऑन ये नंबर ऑन होता है? रात को 3-3 बजे सर ये नंबर ऑन होता है। जब भी नंबर ऑन होता है तो मुझे कंपनी की तरफ से मैसेज आ जाता है कि ये आपका नंबर ऑन हो गया। ये? जी सर ये। ये तो आपने मैसेजेस किए हैं? ये सर उनका। जब ये मुसलसल मैसेजेस करता रहा तो उसके बाद उनके 2 से 3 रिप्लाई जो है वो आए हैं और उसमें ये धमकी मिली है। आप देख सकते हैं इस वक्त कि हमारे पास तुम्हारी बहनों की, तुम्हारी अम्मी, मासी और बच्चियों की, राजू की बहनों की डांस वीडियो सब हैं, तुम्हारी वीडियो रिकॉर्डिंग, और इसके साथ साथ वो जिसमें कहती हैं कि वो मेजर से जो तुम कहते हो डाटा डिलीट करवा देंगे या डाटा डिलीट करवा दिया है। मून भट्टी का नाम उसमें लिखा गया है कि और सोनी भट्टी का, फैज़ भट्टी का, तीन बंदों के नाम लिखे गए कि वो उनके पास जाएगी तीनों के पास और डाटा डिलीट करवा देगी। और हाँ थाना फैक्ट्री एरिया में एप्लीकेशन दी है, ये उस एप्लीकेशन का जिक्र है जिसका आप स्क्रीनशॉट भी देख रहे हैं। और ये जिन्होंने सबसे पहले एप्लीकेशन जो है वो दी है जिस पर कार्रवाई जो है वो नहीं की गई। नाम क्या बताया था सब इंस्पेक्टर का? SI खिजर हयात। खिजर हयात भट्टी, वो भी भट्टी था खिजर हयात भट्टी। और कोई कार्रवाई नहीं की गई, दाखिले दफ्तर कर दी गई 7 दिनों के बाद वो दरख्वास्त जो है। और हाँ थाना फैक्ट्री एरिया में एप्लीकेशन दी है वो उठवाई नहीं है। और हाँ हमारी पिक्चर्स का कहते हो जाओ दो और जिसको भी दोगे पुलिस भी हमारी है और थाने वाले भी हमारे, हम एप्लीकेशन देख लेंगे। ये उसकी जो है वो धमकी है। और उसके बाद एक और मैसेज इनकी तरफ से जो गया वो भी आप देख सकते हैं कि ठीक है देखते हैं कि क्या बनता है। इनकी जानिब से मैसेज गया तो उन्होंने रिप्लाई किया कि 10 दिन बाद हम कोर्ट में मिलेंगे और हमारा जो करना है कर लो, पापा ठीक हो रहे हैं और हाँ धमकियां दे रहे हो ना तो दावा करो कि हमारे जो चारों में से किसी को कुछ ना हो जाए वरना आप लोग नहीं बचते। ये भी उन्होंने इनको खुलेआम धमकी दी है। और उस रात गन लेके क्यों आए तुम हमारे अब्बू को अकेले देखकर? ये आप गन लेके गए थे? नहीं सर, साथ में मेरा मैसेज भी मैंने किया कि मैं ना कोई गन लेके आया। अच्छा यानी ये वो सिर्फ और सिर्फ आप पर ब्लैकमेल कर रहे थे सर। अच्छा तो यहाँ पे उन्होंने ये ब्लैकमेलिंग टैक्टिक्स जो है वो यूज किया जिसमें उसने कहा कि उस रात गन लेके क्यों आए तो तुम्हारे अब्बू को अकेले देखा, हमारे अब्बू को अकेले देखा तो तुम गन लेके आ गए, उनको डराया धमकाया और हाथ उठाया, हम तीनों को रुलाया क्योंकि ऐसा इसलिए कर रहे हो कि आपके पैसे जो है वो दिए जाएं। ये उनके मैसेजेस हैं। और इन्होंने आगे रिप्लाई किया मेरे पास कोई गन वगैरह नहीं थी और ना मैंने कोई धमकी दी। और उन्होंने ये कहा कि मेरे पास तुम लोगों की रिकॉर्डिंग्स हैं। देखो जी इन्हां बच्चियां दी जबान है कि अगे भी बच्ची 5 लाख दी विकी, पहले भी विकी है 5 लाख दी। तुसी किवें कह सकदे हो? सर ये बात चो कन्फर्म होया सी, मेरे वाले साहब ने इस चीज की वेरीफिकेशन की सी। कोर्ट अब्दुल मालिक दे विच जवेद अराई नाम दा बंदा है, जवेद अराई। अच्छा वो बाहर रहिंदा सर, ओदी पहले भी बीवी बच्चे सन ते इन्हां ने उहनूं किते फसाया पैसे वास्ते 5 लाख रुपया ओहदे कोल इन्हां खादा, बाद चो ओहदा भी 6 महीने दा बच्चा जाया करके इन्हां ने तलाक ले लिया। ਇਹ ਮੇਰੀ ਸ਼ਾਦੀ ਤੋਂ ਬਾਅਦ ਖੁਦ ਮੰਨੇ ਨੇ ਇਹਨਾਂ ਨੇ ਕਿਹਾ ਨਹੀਂ ਹੈ ਕਿ ਬੱਚੀ ਦਾ ਪ੍ਰੋਪਰ ਨਿਕਾਹ ਕਰਾਉਂਦੇ ਨੇ, ਸ਼ਾਦੀ ਕਰਾਉਂਦੇ ਨੇ, ਉਸ ਖਰਚਾ ਲੈ ਲੈਂਦੇ ਨੇ ਤੇ ਉਸ ਤੋਂ ਬਾਅਦ ਬੱਚੀ ਨੂੰ ਡਾਈਵੋਰਸ ਦਵਾ ਦਿੰਦੇ ਨੇ। ਡਾਈਵੋਰਸ ਦਵਾ ਤੇ ਫਿਰ ਦੁਬਾਰਾ ਕਿਸੇ ਹੋਰ ਜਗ੍ਹਾ ਤੇ ਮਤਲਬ ਬੱਚੀ ਨੂੰ ਇਸਤੇਮਾਲ ਕਰਨਾ। ਹਾਂਜੀ ਸਰ, ਐਸੇ ਵਾਲਦਾ ਔਰ ਇਹ ਵੀ ਅਲਫਾਜ਼ ਉਹਨਾਂ ਬੋਲੇ ਉਹਨੇ ਕਿ ਹਿੰਮਤ ਹੈ ਤੇ ਲੱਭ ਲਵੋ ਇਹਦਾ ਰਿਕਾਰਡ ਹੀ ਤੁਹਾਨੂੰ ਲੱਭ ਜਾਵੇ ਤੇ ਤੁਸੀਂ ਸਾਡੇ ਪਿਓ ਲੱਗੋ ਅਗਰ ਤਲਾਕ ਦਾ ਜਾਂ ਨਿਕਾਹ ਦਾ ਤੁਹਾਨੂੰ ਰਿਕਾਰਡ। ਤਫਸ਼ੀਸ਼ੀ ਥਾਣੇਦਾਰ ਸਾਹਿਬ ਨੇ ਪਤਾ ਕੀ ਆਖਿਆ? ਤਫਸ਼ੀਸ਼ੀ ਥਾਣੇਦਾਰ ਨੇ ਆਖਿਆ ਬੀਬੀ ਮੇਰਾ ਬੜਾ ਦਿਮਾਗ ਖਰਾਬ ਹੋਇਆ ਈ, ਠੀਕ ਹੈ ਦੁਬਾਰਾ ਇਹੋ ਜਿਹੀ ਦਰਖਾਸਤ ਲੈ ਕੇ ਨਾ ਆਵੀ ਮੈਂ ਤੈਨੂੰ ਦੱਸ ਛੜਾ ਉਹਨਾਂ ਦੇ ਖਿਲਾਫ। ਫਿਰ ਜਨਾਬ ਮੈਂ ਉਹਨੂੰ ਆਖਿਆ ਜੀ ਤੁਸੀਂ ਮੇਰਾ ਮਤਲਬ ਤੁਹਾਡਾ ਦਿਮਾਗ ਖਰਾਬ ਹੋਇਆ ਇਹ ਐਪਲੀਕੇਸ਼ਨ ਦੀ ਵਜ੍ਹਾ ਤੋਂ ਜਾਂ ਕਿਹਾ ਜਿਹੜੀਆਂ ਪਾਰਟੀਆਂ ਬੈਠੀਆਂ ਨੇ ਉਹਨਾਂ ਦੀ ਵਜ੍ਹਾ ਤੋਂ? ਬੀਬੀ ਤੂੰ ਚੁੱਪ ਕਰ,
ਮੈਂ ਕਿਹਾ ਭਾਈ ਤੇਰੀ ਮਿਹਰਬਾਨੀ, ਆਰਾਮ ਨਾਲ ਗੱਲ ਸੁਣ, ਤੇਰੀ ਬੜੀ ਮਿਹਰਬਾਨੀ, ਅਸੀਂ ਦੁਬਾਰਾ ਨਹੀਂ ਆਵਾਂਗੇ ਤੇਰੇ ਕੋਲ, ਤੂੰ ਧੱਕੇ ਮਾਰੇ ਨਾ ਗੇ ਬੀਬੀ ਨੂੰ, ਹੁਣ ਤੂੰ ਮੇਰੇ ਆਇਆ ਵੀ ਇਹਨੂੰ ਝਿੜਕਿਆ, ਠੀਕ ਹੈ ਜੀ, ਉਹ ਦੋ ਉਸ ਪਾਰਟੀ ਦੇ ਘਰ ਜਾਂਦਾ ਜਨਾਬ ਤੁਹਾਨੂੰ ਤੇ ਲਿਆਜ਼ਾ ਅਸੀਂ ਤੇ ਆਪਣਾ ਵਜ਼ੀਰ ਆਜ਼ਮ ਸਾਹਿਬ ਦੇ ਅੱਗੇ ਵੀ ਗੁਜ਼ਾਰਿਸ਼ ਕਰਾਂਗੇ ਕਿ ਖੁਦਾ ਵਾਸਤੇ ਤੁਸੀਂ, ਤੁਹਾਡੇ ਕੋਲ ਹੁਣ ਬਾਦਸ਼ਾਹ ਹੀ ਹੈ, ਤੁਸੀਂ ਕੰਟਰੋਲ ਕਰੋ ਇਹਨਾਂ ਲੋਕਾਂ ਤੇ, ਬਿਲਕੁਲ ਸਹੀ, ਇਹ ਫਰਾਡੀਆਂ ਤੇ ਕੰਟਰੋਲ ਕਰੋ, ਬੱਚਿਓ ਕੋ ਇਨਵੋਲਵ ਕੀਆ ਹੋਇਆ ਅਸ਼ਰਫ ਨੇ ਔਰ ਇਸਕੇ ਸਾਥ ਸਾਥ ਜੋ ਉਸਕੀ ਬੀਵੀ ਨਾਸਰਾ ਬੀਬੀ ਹੈ ਔਰ ਸਬਾ ਔਰ ਅਮਰੀਨ, ਅਮਰੀਨ ਸੇ ਇਨਕੀ ਸ਼ਾਦੀ ਕਰਵਾਈ ਔਰ ਉਸਕੇ ਬਾਅਦ ਅਬੋਰਸ਼ਨ ਦੋ ਦਫਾ ਸਾਹਮਣੇ ਆ ਗਿਆ, ਫਿਰ 7-8 ਲੱਖ ਰੁਪਏ ਉਸ ਪਰ ਲਗਵਾਇਆ ਔਰ ਫਿਰ ਡਾਈਵੋਰਸ ਜੋ ਹੈ ਵੋ ਲੈ ਕੇ ਸਾਈਡ ਪੇ ਹੋ ਕੇ ਆਗੇ ਕਿਸੀ ਜਗ੍ਹਾ ਪੇ ਉਸਨੇ ਕੋਈ ਔਰ ਮਤਲਬ ਨਈ ਪਾਰਟੀ ਜੋ ਹੈ ਵੋ ਜ਼ਾਹਿਰ ਹੈ ਉਸਕੋ ਇਸਤੇਮਾਲ ਕਰੇਂਗੇ। ਤੋ ਯਹਾਂ ਪਰ ਸ਼ਹਿਰਾ ਬੀਬੀ ਇੱਕ ਔਰ ਹਮਾਰੇ ਸਾਥ ਮੌਜੂਦ ਹੈ, ਕੁਛ ਦੀਗਰ ਲੋਕ ਵੀ ਮੌਜੂਦ ਹੈ ਜਿਨ ਜਿਨ ਕੇ ਸਾਥ ਇਸ ਗੈਂਗ ਨੇ ਫਰਾਡ ਕੀਆ ਅਸ਼ਰਫ ਨਾਮੀ ਸ਼ਖਸ ਨੇ, ਲੇਕਿਨ ਅਸ਼ਰਫ ਨਾਮੀ ਸ਼ਖਸ ਹੈਰਾਨ ਕੁਨ ਬਾਤ ਇਹ ਹੈ ਕਿ ਅਭੀ ਤੱਕ ਪੁਲਿਸ ਔਰ FIA ਕੀ ਗ੍ਰਿਫਟ ਸੇ ਜੋ ਹੈ ਵੋ ਬਾਹਰ ਹੈ, ਹਾਲਾਂਕਿ ਇਨਕੀ ਜਾਨਬ ਸੇ ਐਪਲੀਕੇਸ਼ਨਸ ਗਈ ਹੋਈ ਹੈ ਔਰ ਸਾਰਾ ਰਿਕਾਰਡ ਮੌਜੂਦ ਹੈ, ਫਿਰ ਮੋਬਾਈਲ ਫੋਨ ਪਰ ਜੋ ਧਮਕੀਆਂ ਹੈ ਵੋ ਚਲੇ ਸਭ ਇੰਸਪੈਕਟਰ ਤੱਕ ਕੀ ਬਾਤ ਜਾਂ SHO ਤੱਕ ਕੀ ਬਾਤ ਤੋਂ ਇਸ ਹੱਦ ਤੱਕ ਮਾਨ ਲਈ ਜਾਂਦੀ ਹੈ ਕਿ ਵਹਾਂ ਪਰ ਉਨਕਾ ਪੈਸਾ ਜਾਂ ਅਸਰ ਸੁੱਕ ਚਲ ਗਿਆ ਹੋਗਾ, ਲੇਕਿਨ ਆਇਆ ਕਿ ਯਹਾਂ ਪਰ ਜੋ IG ਪੰਜਾਬ ਸਾਹਿਬ ਅਮਜਦ ਜਾਵੇਦ ਸਲੀਮ ਸਾਹਿਬ ਜਿਨ੍ਹਾਂ ਨੇ ਅਭੀ ਹਾਲ ਹੀ ਮੇਂ ਚਾਰਜ ਸੰਭਾਲਾ ਹੈ, ਉਨਕੇ ਜੋ ਦਾਅਵੇ ਹੈ ਵੋ ਕਿਸ ਹੱਦ ਤੱਕ ਸਹੀ ਸਾਬਿਤ ਹੋਂਗੇ ਔਰ ਇਨਕੋ ਇਨਸਾਫ ਜੋ ਹੈ ਵੋ ਕਬ ਮਿਲੇਗਾ। ਸ਼ਹਿਰਾ ਬੀਬੀ ਵਗੈਰਾ ਸੇ ਬਾਤ ਕਰਤੇ ਹੈਂ।